ਹੁਣ ਮੇਰੀ ਗੱਲ ਸੁਣ ਲੈ ਤਿੰਨ ਤਿੰਨ ਸਾਲ ਹੋ ਗਏ ਕੰਮ ਕਰਦੀ ਨੂੰ ਹੁਣ ਤੂੰ ਮੜਿਆ ਉਹ ਕਰਿਆ ਕਰ ਮੈਂ ਆਪੀ ਕਹਿ ਦੂੰ ਉਹਨੂੰ ਕੰਮ ਕਰਨ ਨੂੰ ਬੇਬੀ ਮੈਂ ਤਾਂ ਨਹੀਂ ਕਹਿੰਦੀ ਚੱਲ ਨਵੀਂ ਨਵੀਂ ਇਹ ਮੈਂ ਫਿਰ ਵੀ ਨਰਮਾਈ ਵਰਦੀ ਵੀ ਕੀ ਫਾਇਦਾ ਆਪਣੇ ਆਪ ਨੂੰ ਤੈਨੂੰ ਆਪ ਨੂੰ ਲੱਖਣ ਹੈ ਇਹ ਜਿਹਨਾਂ ਮੈਨੂੰ ਚੱਟਣਾ ਹੈਗਾ ਹਾਂ ਕਿਵੇਂ ਕਰਦੀ ਹੈ ਸਿਖਾਇਆ ਹੀ ਨਹੀਂ ਕੰਮ ਮੈਂ ਉਹਨੂੰ ਬਾਜ ਮਾਰਦੀ ਆ ਮੈਂ ਆਪੀ ਕਰਾਉਂਗੀ ਕੰਮ ਕਹਿ ਲਾ ਆਪੀ ਕਹਿ ਦੇ ਮੈਂ ਨਹੀਂ ਕਹਿੰਦੀ ਮੇਰਾ ਕਹਿ ਜਾਂਦਾ ਫਿਰ ਉਹਨੂੰ ਨਹੀਂ ਕੁੜੇ ਪਾ ਲਈਏ ਨਹੀਂ ਕੁੜੇ ਪਾ ਲਈਏ ਹਾਂ ਬੇਬੇ ਉਰੇ ਆ ਆਈ ਤੁਰਦੀ ਵੀ ਐਵੇਂ ਆ ਕੀ ਪਸੰਦ ਦੇਖ ਲਈਏ ਚ ਤੁਰਦੀ ਵੀ ਐਵੇਂ ਆ ਮਟਕ ਮਟਕ ਕੇ ਹਾਂ ਬੇਬੇ ਮੇਰੇ ਨਾਲ ਟੋਕਾ ਕਰਾ ਦਿਆ ਅੱਜ ਸੀਰੀ ਨਹੀਂ ਆਇਆ ਹੈਗਾ ਚੰਗਾ ਬੇਬੇ ਵੈਸੇ ਬੇਬੇ ਮੈਂ ਕਦੇ ਕਰਿਆ ਤਾਂ ਹੈ ਨਹੀਂ ਕੋਈ ਨਾ ਸਿੱਖ ਜਾਏਗੀ ਹੌਲੀ ਹੌਲੀ ਕੋਈ ਗੱਲ ਨਹੀਂ ਹਾਂ ਚੱਲ ਚੱਲ ਕਰਦੇ ਹੁਣ ਹੀ ਕਰਨਾ ਚੱਲ ਚੱਲ ਮੈਂ ਆਉਣੀ ਆ ਚੰਗਾ ਬੇਬੇ ਆਪੀ ਸਾਰੇ ਕੰਮ ਲਾਉਂਗੀ ਦੇਖਦੀ ਜਾ ਤੈਨੂੰ ਛੱਡ ਦੇ ਤੂੰ ਬੰਦ ਬੰਦ ਦੇਣਾ ਕਰਾ ਜਾਨੀ ਆ ਆਏ ਰੱਬਾ ਧੁੱਪੜੇ ਪਾ ਦਿੰਦੀ ਸੁੱਕਣੀ ਮੈਂ ਕਿਹਾ ਬੇਬੇ ਹਾਂ ਆ ਕੀ ਕਰਨਾ ਇੱਥੇ ਤੇਰਾ ਸਿਰ ਕਰਨਾ ਵੇ ਆ ਕੀ ਕਰਨਾ ਹੈ ਇਹਦੇ ਨਾਲ ਤੇਰਾ ਸਿਰ ਕਰਨਾ ਤੇਰਾ ਕਾਲ ਜਾ ਤੇਰੀ ਮਾਂ ਨੇ ਤੈਨੂੰ ਐ ਤਾਂ ਸਿਖਾਤਾ ਵੀ ਲਾਓ ਮਰਜ਼ ਕਿਵੇਂ ਹੁੰਦੀ ਆ ਆਪ ਹੀ ਸਿੱਖ ਲੈਂਦੀ ਬੇਬੇ ਸਾਡੇ ਸ਼ਹਿਰ 'ਚ ਤਾਂ ਹੁੰਦਾ ਹੀ ਨਹੀਂ ਹੈਗਾ ਕੁਝ ਹੁੰਦਾ ਨਹੀਂ ਹੈਗਾ ਜੇ ਕਰੇ ਸਭ ਕੁਝ ਹੁੰਦਾ ਹੈਗਾ ਆ ਕਿਵੇਂ ਸੀ ਵੀ ਆਏ ਵਿਆਹ ਕਰਾ ਲਿਆ ਚੰਗਾ ਬੇਬੇ ਦੱਸ ਦੇ ਕਿਵੇਂ ਕਰਾਂ ਉਰੇ ਫੜਾ ਇੱਧਰ ਹੋਰ ਚੱਕ ਲੈ ਇਹਨੂੰ ਐ ਤਰੀ ਜਾਈ ਇੱਧਰ ਆ ਜਾ ਇੱਥੇ ਖੜ ਜਾ ਇੱਥੇ ਚੰਗਾ ਬੇਬੇ ਹਾਂ ਕਿੱਧਰ ਤੁਰ ਜਾਂਦੀ ਰੜਕਾ ਚੱਕ ਲੈ ਬੇਬੇ ਕਿੱਥੇ ਆ ਨਿਕਾਣੀਆਂ ਮੇਰੀਆਂ ਅੱਖਾਂ ਨਾਲ ਦੇਖ ਲੈ ਆ ਪਿਆਗਾ ਚੰਗਾ ਬੇਬੇ ਚਮਕਾ ਬੇਬੇ ਦੀ ਲੱਗਦੀ ਝਾਟਾ ਢੱਕ ਲੈ ਤੈਨੂੰ 20 ਵਾਰੀ ਕਹਿਤਾ ਬੇਬੇ ਆ ਕਰਕੇ ਢੱਕ ਲੂੰਗੀ ਫਿਰ ਕਾਹਨੂੰ ਢੱਕਣਾਗਾ ਬਾਵਰੀਆਂ ਖਣੇਈ ਰੱਖੀ ਕਰ ਲੈ ਇੱਥੇ ਲੱਗ ਜਾ ਕਰਦੇ ਸਾਰਾ ਗੋਹਾ ਚੱਕ ਦੇ ਮਾਰ ਮਾਰ ਲਾ ਦੇ ਝਾੜੂ ਬੇਬੇ ਆ ਤਾਂ ਬਾਲਾ ਹੀ ਔਖਾ ਹੈ ਨਾ ਕੋਲੇ ਕਰਨਾ ਜੇ ਵਿਆਹ ਕਰਾਇਆ ਸਾਰਾ ਕੁਝ ਕਰਨਾ ਪਊਗਾ ਬੇਬੇ ਤਾਂ ਪੂਛ ਹੀ ਮਾਰੀ ਜਾਂਦੀ ਆ ਪੂਛ ਹੀ ਮਾਰੂ ਹੋਰ ਕੀ ਮਾਰੂਗੀ ਇਹ ਕਰ ਲੈ ਟਿੱਕੇ ਦੇਖ ਝਾੜੂ ਦਾ ਲਾਉਣ ਦਾ ਵੀ ਲੱਖਣ ਨਹੀਂ ਹੈਗਾ ਤੂੰ ਸਿੱਖਿਆ ਕੀ ਹੈ ਔਰਤਾਂ ਦੀ ਨੂੰ ਕੁਛ ਆਉਂਦਾ ਵੀ ਇੱਧਰ ਫੜਾ ਇੱਧਰ ਫੜਾ ਬਾਈ ਕੇ ਲਾਈ ਦਾ ਹੁੰਦਾ ਗਾ ਬੇਬੇ ਲਾਈ ਤਾਂ ਜਾਂਦੀ ਸੀ ਲਾਈ ਜਾਂਦੀ ਸੀ ਐ ਇਕੱਠਾ ਕਰ ਇਹਨੂੰ ਅੱਗੇ ਮੈਂ ਤਾਂ ਹੋਰ ਸੁਣੇਂਗੀ ਚੰਗਾ ਬੇਬੇ ਆ ਕਰ ਲੂੰ ਅਰੇ ਖਾਣੀ ਖਲਾ ਹੁਣ ਤੈਨੂੰ ਹੀ ਕਰਨਾ ਪਿਆ ਕਰੂ ਉਹ ਕਿੰਨਾ ਕਚੁਰ ਕਰੂਗੀ ਚੰਗਾ ਬੇਬੇ ਹਾਂ ਬੱਠੇ ਚੱਕ ਕੇ ਲਿਆ ਪਾ ਇਹਨੂੰ ਗੋਹੇ ਨੂੰ ਉਹ ਦੇਖ ਲੈ ਮੇਰੀ ਨੂੰ ਸਾਰਾ ਦਿਨ ਕੰਮ ਕਰਦੀ ਰਹਿੰਦੀ ਹੈਗੀ ਚੰਗਾ ਬੇਬੇ ਖੜ ਬੈਠ ਨਾ ਖੜੀ ਹੋ ਖੜੀ ਹੋ ਝਾੜੂ ਲਾ ਲਾ ਖੜੀ ਹੋ ਕੇ ਨਾਲੇ ਅੰਦਰ ਕਰ ਲਗਾ ਕੰਮ ਝਾੜੂ ਲਾਉਣ ਵਾਲਾ ਪਿਆਗਾ ਚੰਗਾ ਬੇਬੇ ਲਾ ਲਈ ਕਰ ਲਾ ਕੰਮ ਤੀਏ ਪਾਤਾ ਪਾਣੀ ਹਾਂ ਬੇਬੇ ਮੈਂ ਕਿਹਾ ਤੂੰ ਸੁੱਕੇ ਜੇ ਪਏ ਨੇ ਮੈਂ ਕਿਹਾ ਚੱਲ ਗਰਮੀ ਕਰਕੇ ਹੈ ਨਾ ਸਾਰਾ ਕੰਮ ਕਰਾ ਕੇ ਲਈ ਆ ਕਹਿੰਦੀ ਬੋਹਾਂ ਨਹੀਂ ਚੱਕਦੀ ਹੈਗੀ ਮੈਂ ਕਿਵੇਂ ਚੱਕਦੀ ਚੱਕ ਚੱਕ ਮੈਂ ਤੇਰੀ ਮਾਂ ਨੇ ਤੈਨੂੰ ਸਿਖਾਇਆ ਨਹੀਂ ਕੁਛ ਕਰਨਾ ਬਾਲੀ ਚੋਜ ਕਰਦੀ ਆ ਨਹੀਂ ਮੈਂ ਕੀ ਕਰਾਂ ਮੈਂ ਤਾਂ ਪੱਟੀ ਗਈ ਭੈਣੇ ਚੱਲ ਬੇਬੇ ਹੁਣ ਤਾਂ ਤੈਨੂੰ ਪਿਆ ਹੋਇਆ ਗਾਲ ਢੋਲ ਵਜਾਉਣੀ ਪਊਗਾ ਵਜਾਉਂਗੀ ਹੋਰ ਕੀ ਕਰੂੰਗੀ ਸਾਰਿਆਂ ਨੂੰ ਵਜਾਉਣਾ ਪਊਗਾ ਹੁਣੇ ਚੰਬਲਾਈ ਹੈਗੀ ਪਤਾ ਨਹੀਂ ਕਿੱਥੋਂ ਰੋਟੀ ਲਾਤੀ ਚੱਲ ਹੋਰ ਕੋਈ ਆਇਆ ਨਾ ਕਰ ਹਾਂ
ਜੀ ਕੰਮ ਕਾਰ ਕਰਨ ਲੱਗ ਗਈ ਕੀ ਗੱਲ ਹੋ ਗਈ ਬਸ ਰਹਿਣ ਦੋ ਹੈ ਰਹਿਣ ਦੋ ਉਹ ਕੀ ਹੋ ਗਿਆ ਐਮੂ ਕੀਤਾ ਕਿ ਗੱਲ ਸੁੱਖ ਹੈ ਤਾਂ ਪਤਾ ਨਹੀਂ ਆ ਮੇਰੇ ਨਾਲ ਕਿਉਂ ਬਚਦਾ ਹੈ ਕੀ ਗੱਲ ਮੈਂ ਕੀ ਕਰਤਾ ਇਹ ਜਾ ਸਵੇਰ ਦੀ ਫਿਰ ਮੇਰੇ ਭੂਤਨੀ ਭਲਾਦੀ ਮੇਰੀ 2 ਮਿੰਟ ਨਹੀਂ ਬੈਠਣ ਦਿੱਤਾ ਟੋਹੀ ਦੁਖੀ ਜਾਂਦੀ ਹੈ ਸਾਰੇ ਦਿਨ ਦੀ ਬੇਬੇ ਨੇ ਭੂਤਨੀ ਕਾਦੀ ਭਲਾਦੀ ਬੇਬੇ ਨੇ ਕੀ ਕਹਿਤਾ ਭਲਾਏ ਜਾ ਤੈਨੂੰ ਸਾਰਾ ਦਿਨ ਹੋ ਗਿਆ ਸਵੇਰ ਦਾ ਕੰਮ ਕਰਦੀ ਨੂੰ 2-3 ਵਾਰ ਤਾਂ ਝਾੜੂ ਲਾ ਰਿਹਾ ਬੇਬੇ ਨੇ ਹਵਾ ਚੱਲੀ ਜੀ ਹੁਣ ਮੈਂ ਕੀ ਕਰਾਂ ਉਹ ਫਿਰ ਕੀ ਆ ਘਰ ਵੀ ਆਪਣਾਗਾ ਕੰਮ ਤਾਂ ਕਰਨਾ ਹੀ ਆ ਹੈ ਉਹ ਘਰ ਦਾ ਕੰਮ ਨੂੰ ਬੇਬੇ ਨੇ ਜੇ ਕਹਿਤਾ ਫਿਰ ਕਿੱਡੀ ਕਿ ਲੋੜੇ ਵਾਲੀ ਗੱਲ ਆ ਬੇਬੇ ਜਾਣ ਬੁੱਝ ਕੇ ਕਰਦੀ ਆ ਮੇਰੇ ਨਾਲ ਇਹ ਉਹ ਕਿਧਰੇ ਨਹੀਂ ਜਾਣ ਬੁੱਝ ਕੇ ਕਰਦੀ ਉਹ ਜਿਵੇਂ ਨਾਲੇ ਬੇਬੇ ਕਹਿੰਦੀ ਆ ਉਵੇਂ ਕਰ ਦਿਆ ਕਰ ਉਹ ਕੰਮਕਾਰ ਨੂੰ ਤਾਂ ਨਾ ਘੱਟੋ ਘੱਟ ਜਵਾਬ ਦਿਆ ਕਰ ਉਹ ਕਿਧਰੇ ਨਹੀਂ ਨਾਲੇ ਉਹਨਾਂ ਆਪਦਾ ਮੂਡ ਆਫ ਕਰਿਆ ਕਰ ਕਿਧਰੇ ਨਹੀਂ ਬੇਬੇ ਕੁੰਦੇ ਕੁਛ ਕਿਹਾ ਕੰਮ ਨੂੰ ਕਹਿਤਾ ਜੇ ਤੈਨੂੰ ਸਵੇਰ ਦੀ ਮੈਂ ਕਿਹੜਾ ਮਨਾ ਕਿਤੇ ਕਰੀ ਜਾਂਦੀ ਆ ਨਾਲੇ ਉਹ ਫਿਰ ਤੂੰ ਹੁਣ ਮੇਰੇ ਨਾਲ ਕਾਦੇ ਵਾਸਤੇ ਖਿਜੀ ਜਾਂਦੀ ਆ ਕੋਈ ਹੁੰਦਾ ਆ ਕੁਝ ਓਏ ਹੁਣ ਉਹ ਕੌਣ ਕਰੂਗਾ ਉਹ ਬੇਬੇ ਦੁੱਗਣੀਆਂ ਗਾਲਾਂ ਕੱਢੂਗੀ ਸਾਰਾ ਦਿਨ ਕਰੀ ਨਹੀਂ ਫੇਰ ਸੁਣਨ ਨੂੰ ਮਿਲੀ ਜਾਂਦਾ ਮੈਨੂੰ ਤਾਂ ਉਹ ਚੱਲ ਚੰਗਾ ਉਹ ਮੈਂ ਆਪੇ ਬੇਬੇ ਨੂੰ ਸਮਝਾ ਦੂੰਗਾ ਕੋਈ ਨਹੀਂ ਹੌਲੀ ਹੌਲੀ ਹੈ ਉਹ ਬੇਬੇ ਦਾ ਬੋਲਣ ਦਾ ਸੁਭਾਅ ਹੀ ਇਹ ਜਗਾ ਚੱਲ ਤੂੰ ਐਂ ਨਾ ਮੂਡ ਆਫ ਕਰ ਆਉਂਦਾ ਜਾਂ ਅੰਦਰ ਜਾ ਕੇ ਤਿਆਰ ਹੋ ਜਾ ਫਿਰ ਆਪਾਂ ਘੁੰਮਣ ਚੱਲਦੇ ਆ ਕਿਤੇ ਪੱਕਾ ਓਏ ਆਹੋ ਹੋਰ ਕੀ ਨਹੀਂ ਚੱਲ ਮੈਂ ਜਾਣੀ ਆ ਹਾਂ ਤੂੰ ਅੰਦਰ ਤਿਆਰ ਹੋ ਜਾ ਜਾ ਕੇ ਪਤਾ ਨਹੀਂ ਕੀ ਕਰਕੇ ਰੱਖ ਲਿਆ ਮੂਡ ਨੂੰ ਆਪਦੇ ਨੂੰ ਇੱਕ ਬੇਬੇ ਵੀ ਆ ਤਾਂ ਬੇਬੇ ਵੀ ਬੋਲਦੀ ਰਹਿੰਦੀ ਹੈ ਚੱਲ ਮੈਂ ਕੋਈ ਨਹੀਂ ਸਮਝਾਉਂਦਾ ਬੇਬੇ ਜਾਣ ਦੀ ਤਿਆਰੀ ਕਰਦੀ ਹੁਣ ਮੈਨੂੰ ਲੱਗਦਾ ਕਿਤੇ ਐਂ ਭਗ ਜਾਣਗੇ ਫਿਰ ਮੇਰੇ ਤੋਂ ਬਿਨਾ ਪੁੱਛੇ ਮੈਂ ਵੀ ਕੁੱਤੇ ਦੀ ਵੱਡੀ ਹੋਈ ਆ ਐਂ ਨਹੀਂ ਜਾਣ ਦਿੰਦੀ ਹੈਗੀ ਸਾਰਾ ਦਿਨ ਉਹ ਲਿਆ ਦੇ ਮੁੱਕ ਗਿਆ ਹੋਣਾ ਸਮਾਨ ਹੋਣਾ ਲਿਆਉਂਦਾ ਹੋਊਗਾ ਬਹੂ ਰਾਣੀ ਨੂੰ ਦਵਾ ਕੇ ਮੈਂ ਸਮਝ ਲੈਣਾ ਫਿਰ ਕੇ ਕੀ ਮਿਲਦਾ ਲੋਰੀ ਕੁੱਤੇ ਵਾਂਗੂ ਬਾਰੇ ਫਿਰੀ ਜਾਓ ਫਿਰ ਕੇ ਫਿਰਦੀ ਰਹਿੰਦੇ ਸੀ ਪਹਿਲਾਂ ਤਾਂ ਸੁਭਾਅ ਪਿਆ ਹੋਇਆਗਾ ਅਸੀਂ ਤਾਂ ਇੰਨਾ ਕੋਈ ਨਹੀਂ ਫਿਰ ਮੈਂ ਤਾਂ ਕਦੇ ਨਹੀਂ ਗਈ ਹੈਗੀ ਵਿਆਹ ਨੂੰ ਜਾਣ ਦੇਣ ਲਈ ਉਹੀ ਤਾਂ ਮੈਂ ਸੋਚਦੀ ਹਾਂ ਤੁਸੀਂ ਵੀ ਬੰਦੇ ਹੋ ਤੂੰ ਵੀ ਤਾਂ ਹੈਗੀ ਆ ਤੂੰ ਵੀ ਤਾਂ ਵਿਆਹ ਕੇ ਆਈ ਆ ਇਹ ਆਂਟੀ ਆਈ ਹੈਗੀ ਕੋਈ ਇਹ ਜਾ ਵੀ ਉਹ ਆ ਗਈ ਸਾਰੀਆਂ ਗਲਤੀਆਂ ਬੇਬੇ ਆਪਦੀ ਉਹ ਚੀ ਹੁੰਦੀਆਂ ਨੇ ਕਿਸੇ ਦਾ ਕੋਈ ਕਸੂਰ ਨਹੀਂ ਹੈਗਾ ਕਿਸੇ ਦਾ ਕੋਈ ਨਖਰੇ ਕਰੂਗੀ ਜਾਂ ਤਾਂ ਆਪ ਨਹੀਂ ਕੰਮ ਨੂੰ ਕਹਿਣਾ ਹੈਗਾ ਜੇ ਆਪ ਉਹ ਕਹੇ ਵੀ ਕੰਮ ਕਰਿਆ ਕਰੇ ਤਾਂ ਡੱਕਾ ਤੋੜੇ ਆਪ ਤਾਂ ਕਹਿੰਦਾ ਨਹੀਂ ਹੈਗਾ ਬਹੁਰਨ ਨੂੰ ਉੱਤੇ ਬਿਠਾ ਦਿੰਦਾ ਜੇ ਕਰਦੀ ਹੈ ਤਾਂ ਵੀ ਹਟਾ ਦਿੰਦਾਗਾ ਚੱਲ ਹੁਣ ਦੇਖੀ ਕਿੱਥੇ ਜਾਂਦੀ ਆ ਮਾੜੀ ਜੀ ਸੂਬੂ ਤੇ ਲੈ ਕੋਈ ਨਾ ਮੈਂ ਜਾਣ ਨਹੀਂ ਦਿੰਦੀ ਜਾ ਕੇ ਦਿਖਾਉਣ ਖੱਖਾ ਨਹੀਂ ਪਾੜ ਦੂੰਗੀ हौली तुरन तू तुरिया नहीं जाता पुत कोई ना गड्डी भी पता नहीं लै गए कोई ना आ जा बस ਬੇਬੀ ਨਾ ਜਿੱਦਾਂ ਵੀ ਜਾਣਾ ਹੋਵੇ ਕੋਈ ਨਾ ਕਿਸੇ ਆਪਾਂ ਪਾ ਕੇ ਬਹਿ ਜਾਂਦੀ ਆ ਬਸ ਮਸਾ ਤਾਂ ਫੌਜੀ ਲੈ ਕੇ ਜਾਣ ਨੂੰ ਤਿਆਰ ਹੁੰਦਾ ਹੈਗਾ ਉੱਤੋਂ ਦੀ ਕੁਛ ਨਾ ਕੁਛ ਹੋਇਆ ਹੀ ਰਹਿੰਦਾ ਹੈ ਦੁਖੀ ਹੋ ਗਈ ਕੀ ਕਰਾਂ ਬਸ ਸਾਰੇ ਦਿਨ ਕੀ ਇਹਨਾਂ ਲੈ ਹੁਣ ਵਿੱਚ ਆ ਗਏ ਸਿਰ ਖਾ ਆ ਜਾ ਕੀ ਗੱਲ ਕਾਹਤੋਂ ਮੱਚੀ ਪਈਆਂ ਕੁਛ ਨਹੀਂ ਬਸ ਆਈ ਹੋਰ ਬਾ ਕੀ ਹੋ ਗਿਆ ਬੜਾ ਮੂੰਹ ਛੱਟਿਆ ਢਿੱਲ ਲਾਇਆ ਕਰਕੇ ਬਾਜ਼ਾਰ ਜਾਣ ਲੱਗੇ ਸੀ ਬੇਬੇ ਡਿੱਗ ਗਈ ਬੇਬੀ ਡਿੱਗੀ ਹੋਰ ਜ਼ਿਆਦਾ ਸੱਟ ਤਾਂ ਨਹੀਂ ਵੱਜੀ ਨਾ ਨਾ ਉਹ ਲੈ ਕੇ ਗਏ ਨੇ ਹਸਪਤਾਲ
ਪਰ ਤੂੰ ਕਾ ਤੂੰ ਮੂੰਹ ਉਤਾਰਿਆ ਹੋਇਆ ਤੂੰ ਵੀ ਨਾਲ ਵਗ ਜਾਂਦੀ ਉਹਨਾਂ ਦੇ ਉਹ ਤਾਂ ਮੋਢਾ ਮਾਰ ਕੇ ਛੋਟੀ ਵਾਲੀ ਕਹਿੰਦੀ ਜਾ ਤੂੰ ਅੰਦਰ ਬਹਿ ਜਾ ਉਹ ਭਾਬੀ ਤੂੰ ਐਵੇਂ ਮੈਂ ਤੈਨੂੰ ਪਹਿਲਾਂ ਵੀ ਇਹ ਗੱਲ ਕਹੀ ਸੀ ਇਹਨਾਂ ਦੀ ਗੱਲਾਂ ਜਣਾਇਆ ਕਰ ਤੂੰ ਆਪਦੇ ਕੰਮ ਨਾਲ ਮਤਲਬ ਰੱਖਿਆ ਕਰ ਮੈਂ ਹੁਣ ਕਹਿਣਗੇ ਫਿਰ ਮੈਂ ਆਉਂਗੀ ਨਹੀਂ ਉਹ ਮੇਰੀ ਗੱਲ ਸੁਣ ਤੂੰ ਆਪਦਾ ਕੰਮ ਕਰਿਆ ਕਰ ਨਾ ਘਰ ਦਾ ਫਿਰ ਸਭ ਕੁਝ ਠੀਕ ਹੋ ਜੂ ਜਿੰਨਾ ਕਹਿੰਦਾ ਮੈਂ ਕਰੀ ਜਾਂਦੀ ਆ ਤੂੰ ਨਹੀਂ ਕਰਦੀ ਕੰਮ ਭਾਬੀ ਤੂੰ ਕੰਮ ਨੂੰ ਮਨਾ ਕਰਦੀਆਂ ਤਾਂ ਮੱਚਦੀਆਂ ਨੇ ਤੇਰੇ ਤੋਂ ਲੈ ਜਿਹੜੇ ਮੈਨੂੰ ਕੰਮ ਆਉਂਦਾ ਨਹੀਂ ਹੁਣ ਮੈਂ ਹੌਲੀ ਹੌਲੀ ਸਿੱਖੂਗੀ ਕੋਈ ਪਿਆਰ ਮੋਣਾ ਸਿਖਾਵੇ ਤਾਂ ਮੈਂ ਸਿੱਖੂਗੀ ਜੇ ਮੈਨੂੰ ਐ ਬੋਲੇ ਕਿੱਥੋਂ ਕਰ ਲੂੰ ਮੈਂ ਭਾਬੀ ਤੂੰ ਕੰਮ ਕਰਿਆ ਕਰ ਇਹਨਾਂ ਨੇ ਲੋਟ ਹੋ ਜਾਣਾ ਆਪਣੇ ਆਪ ਹੁਣ ਸਾਰਾ ਦਿਨ ਅਸੀਂ ਮਗਜ ਮਾਰਦੇ ਰਹਿੰਦੇ ਬਾਹਰ ਤੁਹਾਡੇ ਘਰ ਦੀਆਂ ਲੜਾਈਆਂ ਨਹੀਂ ਖਤਮ ਹੁੰਦੀਆਂ ਅਸੀਂ ਕਿੱਧਰ ਜਾਈਏ ਦੱਸਾਂ ਮੈਨੂੰ ਐ ਤੂੰ ਮੂੰਹ ਛੱਟਿਆ ਉਹ ਦਵਾਈ ਲੈਣ ਗਏ ਨੇ ਆਉਣਗੇ ਫਿਰ ਤੈਨੂੰ ਕੰਮ ਵੱਲੋਂ ਕਹਿਣਗੇ ਤੂੰ ਫੇਰ ਮੱਚੀ ਰਹੇਗੀ ਉਹਨਾਂ ਦੇ ਐ ਤਾਂ ਫਿਰ ਲੜਾਈਆਂ ਹੀ ਰਹਿਣਗੀਆਂ ਭਾਬੀ ਫਿਰ ਹੁਣ ਦੱਸ ਮੈਂ ਕੀ ਕਰਾਂ ਭਾਬੀ ਮੇਰੀ ਗੱਲ ਸੁਣ ਉਹ ਜੋ ਵੀ ਕਹਿੰਦੇ ਨੇ ਤੂੰ ਉਹਨਾਂ ਦਾ ਕੰਮ ਕਰ ਦਿਆ ਕਰ ਸਵੇਰੇ ਜਲਦੀ ਉੱਠ ਜਾਇਆ ਕਰ ਜਲਦੀ ਉੱਠ ਕੇ ਆ ਬੇੜਾ ਸੁੰਬਰ ਲਿਆ ਕਰ ਉਹ ਤੋਂ ਬਾਅਦ ਕਾਕੂੜਾ ਕਰ ਲਿਆ ਕਰ ਸਭ ਕੁਛ ਫੇਰ ਨੀ ਬੋਲਦੇ ਇਹ ਇਹਨਾਂ ਨੂੰ ਬੋਲਣ ਦਾ ਮੌਕਾ ਹੀ ਨਾ ਦੇ ਦੇ ਮਾੜਾ ਜਿਹਾ ਕਦ ਦੱਸਦੀ ਕਿਵੇਂ ਕਰੀਦਾ ਮੈਨੂੰ ਨਹੀਂ ਪਤਾ ਹੈਗਾ ਤਾਂ ਬੇਬੇ ਬੋਲਦੀ ਆ ਹੁਣ ਉਹ ਬੋਲਣ ਦੇ ਉਹਨਾਂ ਦਾ ਕੀ ਹੈ ਜਿਹਨਾਂ ਨੇ ਬੋਲਣਾ ਉਹਨਾਂ ਨੇ ਬੋਲਣਾ ਹੀ ਆ ਬਾਈ ਦਾ ਤੇਰੇ ਨਾਲ ਠੀਕ ਆ ਨਾ ਤੇ ਬਸ ਇੱਥੇ ਖੁਸ਼ ਰਿਹਾ ਕਰ ਨਾਲੇ ਘਰ ਦਾ ਕੰਮ ਕਰਿਆ ਕਰ ਸਭ ਕੁਛ ਠੀਕ ਹੋ ਜੂ ਨਾਲੇ ਚੱਲ ਭਾਬੀ ਮੈਨੂੰ ਪਾਣੀ ਪਿਆ ਦੇ ਫਿਰ ਚੱਲ ਚੰਗਾ ਲੈ ਅੱਜ ਦਾ ਬਾਲੀ ਮੱਤ ਵੱਜੀ ਪਈ ਆ ਤੈਨੂੰ ਫੋਨ ਕਰਕੇ ਪੁੱਛ ਲਾਂ ਮੈਂ ਲੈ ਵਿੱਚੇ ਪਾਣੀ ਲੈ ਹੈਲੋ ਹਾਂ ਬਾਈ ਬੇਬੇ ਠੀਕ ਆ ਚੱਲ ਸ਼ੁਕਰ ਆ ਯਾਰ ਠੀਕ ਹੈ ਕੌਣ ਲੱਕੀ ਕਿੱਥੇ ਆਊਗਾ ਚੱਲ ਠੀਕ ਆ ਮੈਂ ਹੁਣ ਘਰੋਂ ਨਿਕਲਦਾ ਫਿਰ ਉੱਥੇ ਫੜ ਲੂੰਗਾ ਤੂੰ ਪੈਸੇ ਠੀਕ ਹੈ ਕੀ ਕਹਿੰਦੇ ਠੀਕ ਆ ਬੇਬੇ ਉਹ ਤਾਂ ਦੋਸਤ ਆ ਰਿਹਾ ਬਾਈ ਦਾ ਤੂੰ ਪੈਸੇ ਫੜਨੇ ਬਾਈ ਨੇ ਮੈਂ ਜਾਣਾ ਹੈ ਚੱਲ ਚੰਗਾ ਬੇਬੇ ਬਾਲੀ ਬੇਬੇ ਨੂੰ ਪਾਣੀ ਲਿਆ ਜਾ ਕੇ ਚੱਲ ਪੈ ਜਾ ਬੇਬੇ ਪੈ ਜਾ ਬੇਬੇ ਬੇਬੇ ਠੀਕ ਲੱਗਦਾ ਹੁਣ ਤੈਨੂੰ ਹੈ ਕਮੇਰ ਜੇ ਤਾਂ ਨੀ ਆਉਂਦੇ ਨਵੀਂ ਸਿਆਪਾ ਪਾ ਲਿਆ ਜਾਣ ਨੂੰ ਉਹ ਇੰਨੇ ਵਾਰੀ ਸਮਝਾਉਣਾ ਸਮਝਦੇ ਨਹੀਂ ਹੈਗੇ ਗੱਲ ਲੈ ਬੇਬੇ ਪੈ ਜਾ ਤੇ ਆਰਾਮ ਕਰ ਲੈ ਬੇਬੇ ਘੜੀ ਪਈ ਹੋਰ ਹੋਰ ਆ ਇੰਨਾ ਸਮਝਾਉਣਾਗਾ ਵੀ ਤੁਸੀਂ ਦੇਖ ਕੇ ਸੁਣਿਆ ਕਰੋ ਬੇਬੇ ਪਾਣੀ ਲੈ ਨਾ ਨਹੀਂ ਕੋੜਾ ਮੈਂ ਨਹੀਂ ਪਾਣੀ ਪੀਣਾ ਹੈਗਾ ਮੈਂ ਤਾਂ ਘੁੱਟ ਗਲੀਆ ਹੀ ਬਣਾ ਦੇ ਨਾਲੇ ਬੇਬੇ ਨੂੰ ਦੁੱਧ ਚ ਹਲਦੀ ਪਾ ਕੇ ਦੇ ਦੇ ਚੱਲ ਮੈਂ ਹਲਦੀ ਲੈ ਆਣੀ ਆ ਹਲਦੀ ਪਾ ਦੇ ਦੁੱਧ ਚ ਆਹੋ ਪਾ ਦੇ ਵਧੀਆ ਚੰਗਾ ਦੁੱਧ ਆਣੀ ਆ ਉਹ ਵਧੀਆ ਬਣਾ ਦੀ ਬੇਬੇ ਨੂੰ ਚੰਗਾ ਜੀ ਉਹ ਬੇਬੇ ਠੀਕ ਆ ਹੁਣ ਮੜੀ ਸਿਹਤ ਹਾਂ ਠੀਕ ਆ ਮੈਂ ਤਾਂ ਉਹ ਕਾਣੂ ਬੈਠੀ ਹੁੰਨੀ ਆ ਚੱਲ ਪਈ ਰਿਹਾ ਹੁਣ ਕਿਧਰੇ ਨਹੀਂ ਮੈਨੂੰ ਗੋਲੀ ਵੱਜਦੀ ਹੈਗੀ ਹਾਂ ਇੰਨਾ ਸਮਝਾਉਣਾ ਤੁਸੀਂ ਕਿਹੜਾ ਸਮਝਦੇ ਹੋ ਗੱਲ ਆ ਹੱਥਣ ਕਰਤਾ ਧੜਕੇ ਦੇ ਗਿਆਨ ਧੜਕੇ ਦੇ ਭੱਜੇ ਫਿਰਦੇ ਸੀ ਮੇਰੀ ਗੱਲ ਸੁਣ ਹਾਂ ਬੇਬੇ ਤੂੰ ਸਾਰਾ ਦਿਨ ਖੇਤਾਂ 'ਚ ਮਰਦਾ ਖੱਪਦਾ ਪਤਾ ਹੀ ਆ ਹੁਣ ਬੇਬੇ ਕੌਣ ਕਰੇ ਕੰਮ ਕਾਰ ਘਰ ਦਾ ਫਿਰ ਖੇਤਾਂ ਦਾ ਹੋਰ ਕੌਣ ਕਰੂਗਾ ਤੂੰ ਹੀ ਕਰੇਗਾ ਮੈਂ ਇਹੀ ਕਹਿਣੀ ਆ ਵੀ ਤੂੰ ਹੀ ਕਰਨਾ ਸਾਰਾ ਦਿਨ ਮਰਦਾ ਖੱਪਦਾ ਰਹਿਣਾ ਹੈਗਾ ਉਹ ਬੇਬੇ ਹੁਣ ਪਤਾ ਹੀ ਆ ਕੌਣ ਕਰੇ ਖੇਤਾਂ ਦਾ ਕੰਮ ਫਿਰ ਜਾ ਪਾਗ ਜੀ ਖਾ ਪੀ ਆਈ ਉਹ ਚੱਲ ਬੇਬੇ ਰਹਿਣ ਦਿੰਦੀ ਹੁਣ ਕੀ ਸੀ ਹੜ ਲਾ ਅੱਜ ਤੈਨੂੰ ਯਾਦ ਆ ਗਿਆ ਮੇਰੇ ਬਾਰੇ ਸਾਰਾ ਕੁਝ ਹੋਰ ਅੱਜ ਝੱਟ ਦੇ ਨੇ 500 ਦਾ ਕੱਢ ਕੇ ਫੜਾਤਾ ਉਹ ਚੱਲ ਤੂੰ ਪੈ ਜਾ ਕੋਈ ਨਾ ਮੈਂ ਤਾਂ ਪੈ ਜੂੰਗੀ ਮੈਂ ਕਹਿ ਆਪ ਕਰ ਲਾ ਜੂੰਗੀ ਬਸ ਪੈਣੀ ਆ ਉਹ ਪਾਲੀ ਉਹ ਬੇਬੇ ਨੂੰ ਦੁੱਧ ਦੇ ਦੀ ਚੰਗਾ ਬੇਬੇ ਫਿਰ ਮੈਂ ਜਾ ਆਇਆ ਮੜਾ ਇਹ ਖੇਤਾਂ ਕੱਢ ਲੈ ਬੇਬੇ ਧਰ ਦੇ ਇੱਥੇ ਬਾਅਦ ਚ ਪੀ ਲੂੰਗੀ ਮੈਂ ਇਧਰ ਨਹੀਂ ਰੱਖ ਦਿੰਦਾ ਹੋ ਜੂਗਾ ਸਾਰਾ ਦਿਨ ਬੋਲ।
बेबे आराम है तेन हूं ठीक आ मेनू की अग लगती है ठीक हाँ। आ मैं होर तो डिगी नहीं सी माड़ी मोटी सट बजी हाए मेरे तो दिल च हॉल पै गया मैं लै बेबे डिग गई अं कम कर लगूगी अं तो उन्होंने कहता भी नहीं भी कम कर लिया कर आप पी के आऊगा मैं उन्होंने पैसे देते ना पी के आऊगा अज देखिए खौसड़े पेंदे समार के पवाऊंगी ये गुत च जोड़े झट्टा ढक देने तो मई कटाऊ तो शराब का डक्या होंगे ना मेरी गल तो ऐ मानता झट देने देखिए बेबे पुत तो तेरा ही है चाहे आई बात दे विच ओ आ हाँ मेरा ही पुत है मैं सारे कारनामे का पता है ता ही तो कहनी है जो पीती ना अज देखी तू ए खौसड़े पेंदे समार के ये तो मैं पटाऊ जूडे अज जरा सिखी खड़ी भांडे मांजी जाने किन्ने भांडे अज देख लो चल मांजी चल भांडे होर दस गां दी तेने की सिखिया इत्थे बोल तू की कहनी दस किथे गया सी ओ मैं किते नहीं इत्थे खेतां कणी गया सी होर दस मैं किथे जाना बेबे मैं तेरे नाल इक गल करनी सीगी हां बोल तू गल इक छड सौ गल्लां सुना तू दस केड़ी गल आ पुत पाली जमा नहीं कम करदी मैनू पुछया नहीं हैगा बेबे तेरी लत किवें आ तेनू पुछया नहीं बेबे ना कम दा डक्का तोड़े हैं हां उदी एड्डी हसदी भी हुण तेनू मेरी बेबे नु नहीं पुछया है ओ भी तो कुड़ी आ सारा दिन कम करदे नाले मेरी लत्तां घुटदी आ बेबे कमाल होगी मैं उन्हू सिद्धी कर दू मिंटा सिकंटा च उन्हें किवें नहीं तेनू पुछया है जे तू सिद्धी करन वाला मैं करना दिंदा डक्का तो तोड़दी नहीं कम दा ओ बेबे तू अज चुप कर जा अज मैनू जान दे सही खड़ दे एक मिनट मैं पुछदा उहदे तो मेरे साले दी तां दुखी कर लिया वे ने ओ पाली ओ पाली हां जी मेरी गल सुन है ओ तू बेबे दी लत्तां क्यों नहीं घुटियां हैगियां है ओ तेनू काले वास्ते लियांदा घरे सी बेबे आप ही नहीं नेड़े लांदी हैगी मेनू ओ मैं तेनू जानदांगा है ओ तेनू मैं इन्ने वारी समझायागा वी बेबे दी सेवा करया कर तू मनदी क्यों नहीं गल बैठे जप लिया बेबे तू माफ करा ओ तू परे रह ओए मम्मा नु चल तेनू पता नहीं सदा नहीं लांदा चल ओ बेबे दी लत्तां नहीं घुटियां है ने दुखी गल है यार मेनू बेबे दा पता तेनू कुछ नहीं पता चल इंद चल तू चुप कर ये साले ने घर गंद पाया हो चौबी घंटे लड़ाई चौबी घंटे लड़ाई तू चुप करके बहना कि तेन दसा हूं मैं साला दिने दुपहरी डकया फरदा है वड्डा भरा पर गालां सुनदा मेरे तो बेबे तू मेरे सुन ला नवी कुछ जो सफाइया देनी छत्ती सफाइया दे दी ओनू चुप करके खड़ी है कोई गलत नहीं है गलत तुसी जेड़े सफाइया तेन एक डकया फरदा तेरिया गलां चा गया जेड़ा मेनू की पता घट्टो घट जिवें मर्जी आई है चाहे मर्जी लैके आया घट्टो घट ओ केयर करो
ਆਕੇ ਤੁਸੀਂ ਉਹਨੂੰ ਪਸ਼ੂਆਂ ਛੋੜਦਾ ਉਹਨੂੰ ਕੀ ਪਤਾ ਪਸ਼ੂਆਂ ਦਾ ਕੰਮ ਕੀ ਹੁੰਦਾ ਬੇਬੇ ਤੇ ਚੜ ਜਾ ਹੁਣ ਆ ਕੇ ਬੇਬੇ ਨੇ ਕੀ ਕੀਤਾ ਓਏ ਇਹਨੂੰ ਸਾਰਾ ਪਤਾ ਕਿਤੇ ਪਸ਼ੂਆਂ ਦਾ ਕਿਹਨੂੰ ਨਹੀਂ ਪਤਾ ਹੈ ਪਤਾ ਹੁੰਦਾ ਪਸ਼ੂਆਂ ਦਾ ਕੁਰਸੀ ਦੇ ਤੇਰੇ ਬੈਠਣ ਦੇ ਚੱਜ ਨਹੀਂ ਹੈਗੇ ਕੁਰਸੀ ਦੇ ਉੱਤੇ ਬੈਠ ਬਾਕੀ ਬੈ ਬੈ ਬੈਠ ਨੂੰ ਸਜਾ ਬੱਡੀ ਭਾਬੀ ਕੁਰਸੀ ਤੇ ਤੇਰੇ ਨਾਲ ਤਾਂ ਮੈਂ ਸਵੇਰ ਨੂੰ ਗੱਲ ਕਰ ਲੂੰ ਉਹ ਤੂੰ ਲੇਟ ਜਾ ਬਾਈ ਤੂੰ ਮੇਰੇ ਤੋਂ ਖਾਣ ਆ ਲਵੀ ਹੁਣ ਕੁਛ ਉਹ ਬੈ ਜੂ ਮੈਂ ਬਸਵਾ ਜੂ ਬੈ ਬੈ ਤੂੰ ਚੁੱਪ ਕਰਕੇ ਬੈ ਬੇਬੇ ਸਾਈਡ ਨਾਲ ਲੈ ਮੇਰੀ ਗੱਲ ਸੁਣ ਲੈ ਤੁਮੀ ਕਿਸੇ ਦੀ ਧੀ ਆ ਠੀਕ ਆ ਤੂੰ ਇੱਥੇ ਆਈ ਸੀ ਬਾਪੂ ਤੈਨੂੰ ਲੈ ਕੇ ਆਇਆ ਸੀ ਤੇਰੀ ਵੀ ਤਾਂ ਸੱਸ ਸੀ ਤੈਨੂੰ ਏਦਾਂ ਕਰਦੀ ਸੀ ਉਹ ਕਿੰਨਾ ਕੰਮ ਕੀਤਾ ਤੁਸੀਂ ਘਰ ਦਾ ਹੈ ਹੁਣ ਉਹਨੂੰ ਪਿਆਰ ਨਾਲ ਆਪਦੇ ਨਾਲ ਰੱਖਿਆ ਕਰੋ ਤੁਹਾਡੇ ਨਾਲ ਹੱਥ ਵਟਾਏ ਉਹ ਕਹੋ ਤੂੰ ਤਾਂ ਸਮਝ ਸਕਦੀਆਂ ਮੈਂ ਨਹੀਂ ਕੁਛ ਬੋਲਦੀ ਜੇ ਤਾਂ ਮੈਂ ਉਹਨੂੰ ਬੋਲਦੀ ਤਾਂ ਓਏ ਪਿਆਰ ਵਾਲੀ ਨਹੀਂ ਹੈਗੀ ਤੂੰ ਪੈ ਜਾ ਖਾਣ ਨਵੀਂ ਹੁਣ ਪਿਆਰ ਵਾਲੀ ਨਹੀਂ ਹੈਗੀ ਇਹ ਮੈਨੂੰ ਬੇਬੇ ਸਮਝਾ ਲਾ ਨਹੀਂ ਤਾਂ ਮੈਂ ਵੱਡਾ ਵੱਡਾ ਕੁਛ ਨਹੀਂ ਦੇਣਾ ਜੁੱਤੀ ਮਾਰ ਕੇ ਮੂੰਹ ਤੋੜ ਦੂਗਾ ਮੈਂ ਚੁੱਪ ਕਰਕੇ ਪੈ ਪੁੱਤ ਓ ਚੁੱਪਾ ਮੈਂ ਚੁੱਪਾ ਜਦੋਂ ਆਵਾਂ ਘਰ ਉਦੋਂ ਲੜਾਈ ਬੇਬੇ ਕੁਛ ਸਮਝਿਆ ਕਰ ਆਪਦੇ ਦਿਮਾਗ ਤੋਂ ਕੰਮ ਲੈ ਕੁਛ ਭਾਬੀ ਬੈਠ ਜਾ ਰੋਣ ਆ ਹੁਣ ਉਹ ਰੋਈ ਜਾਂਦੀ ਆ ਉਹ ਹੁਣ ਦੱਸ ਕੌਣ ਗਲਤ ਹੈ ਇੱਥੇ ਚੱਲ ਬੈ ਜਾ ਮੰਨ ਗਿਆ ਹੁਣ ਮੈਂ ਕਮਲ ਤੂੰ ਦੱਸ ਹੁਣ ਕੌਣ ਗਲਤ ਹੈ ਮੈਂ ਹੁਣ ਕੀ ਦੱਸਾਂ ਮੈਨੂੰ ਕਿਹੜਾ ਬੇਬੇ ਨੇ ਦੱਸਿਆ ਸਾਰਾ ਕੁਝ ਕਰਿਆ ਹੈ ਦੱਸ ਕੇ ਕਰਿਆ ਸਭ ਕੁਝ ਹੁਣ ਤੂੰ ਐ ਵੀ ਕਹਦੇ ਕਿ ਮੈਂ ਉਹਨੂੰ ਕਿਹਾ ਨਹੀਂ ਇਹਦੇ ਬਾਰੇ ਮੈਂ ਪੜਾਇਆ ਨਹੀਂ ਕਹੇ ਮੈਂ ਨਹੀਂ ਪੜਾਇਆ ਬੋਲ ਉਹ ਬੇਬੇ ਸਮਝਿਆ ਕਰ ਘਰ ਦੀਆਂ ਗੱਲਾਂ ਘਰ 'ਚ ਰਹਿਣ ਦਿਆ ਕਰ ਕਾਤੋਂ ਸਾਰਾ ਗੁਆਂਢ ਖੜਾ ਕੀਤਾ ਬਾਹਰ ਉਹਦੇ ਕਿਵੇਂ ਝਾਂਕੀ ਜਾਂਦੇ ਨੇ ਸਾਰੇ ਬਾਹਰ ਖੜ ਕੇ ਹੁਣ ਸਾਰਿਆਂ ਨੂੰ ਲੋਟ ਕਰਕੇ ਆਇਆ ਮੈਂ ਪੁੱਤ ਮੈਂ ਤਾਂ ਇਹ ਵਹਿਮ 'ਚ ਸੀਗੀ ਵੀ ਆਪਣੇ ਜਾਤ ਗੋਤ ਦੀ ਨਹੀਂ ਹੈਗੀ ਮੈਂ ਤਾਂ ਹੀ ਇਹਨੂੰ ਕਹਿੰਦੀ ਸੀ ਪੀ ਆਇਆ ਕਰ ਮੈਨੂੰ ਕੀ ਪਤਾ ਸੀਗਾ ਉਹ ਬੇਬੇ ਉਹਨੇ ਵਿਆਹ ਕੀਤਾ ਉਹਦੇ ਨਾਲ ਹੁਣ ਤੂੰ ਇਹ ਸਮਝ ਕੇ ਉਹ ਵੀ ਸਾਡੇ ਘਰ ਦੀ ਮੈਂਬਰ ਆ ਉਹ ਜਿਵੇਂ ਤੂੰ ਕਮਲ ਨਾਲ ਕਰਦੀਆਂ ਉਵੇਂ ਇਹਦੇ ਨਾਲ ਰਿਹਾ ਕਰਾਂ ਚੱਲ ਪੁੱਤ ਹੁਣ ਨਹੀਂ ਮੈਂ ਅੱਗੇ ਤੋਂ ਕਰਦੀ ਮੈਨੂੰ ਸਮਝ ਲੱਗ ਗਈ ਵੀ ਜਾਤ ਗੋਤ 'ਚ ਫਰਕ ਨਹੀਂ ਰੱਖਣਾ ਚਾਹੀਦਾ ਪੂਰੇ ਦਿਨ 'ਚ ਮੇਰੇ ਘਰ 'ਚ ਦੋ ਚੱਕਰ ਵੱਜਦੇ ਆ ਜਦੋਂ ਦੇਖਦਾ ਤੁਹਾਡੀ ਲੜਾਈ ਹੁੰਦੀ ਹੈ ਜਾਂ ਤਾਂ ਇਹ ਰੋ ਰਹੀ ਹੁੰਦੀ ਹੈ ਜਾਂ ਤੂੰ ਹੀ ਮੱਚੀ ਹੁੰਦੇ ਹੋ ਘਰ ਦੇ ਰੋਟੀ ਸਾਨੂੰ ਮਿਲਦੀ ਨਹੀਂ ਜੱਜ ਦੀ ਹੁਣ ਉਹ ਪੀ ਆ ਕਿੰਨੇ ਦਿਨਾਂ ਬਾਅਦ ਉਹਦਾ ਪੀਂਦਾ ਹੀ ਨਹੀਂ ਹੈਗਾ ਜਦੋਂ ਦਾ ਵਿਆਹ ਹੋਇਆ ਉਹਦਾ ਕਿਵੇਂ ਪੀਤੀ ਉਹਨੇ ਮੈਨੂੰ ਆ ਦੱਸਾਂ ਪੁੱਤ ਮੇਰੇ ਤੋਂ ਗਲਤੀ ਹੋ ਗਈ ਅੱਗੇ ਤੋਂ ਨਹੀਂ ਮੈਂ ਉਹਨੂੰ ਕਹਿੰਦੀ ਪੀ ਗਿਆ ਭਾਬੀ ਤੂੰ ਵੀ ਜੇ ਉਹ ਕਹਿੰਦੇ ਕੰਮ ਕਰ ਲਿਆ ਕਰ ਵੀਰ ਜੀ ਹੁਣ ਸਾਰਾ ਕਰ ਲੈਂਦਾ ਆ ਘਰ ਦਾ ਰਲ ਮਿਲ ਕੇ ਕੰਮ ਕਰਿਆ ਕਰੋ ਵਧੀਆ ਰਹੋ ਖੁਸ਼ ਰਿਹਾ ਕਰੋ ਕਮਲ ਤੂੰ ਵੀ ਆਪਦੇ ਦਿਮਾਗ ਤੋਂ ਪੜ੍ਹੀ ਲਿਖੀਆਂ ਥੋੜਾ ਲੈ ਲਿਆ ਕਰ ਇਹਦੀਆਂ ਬੇਬੇ ਦੀਆਂ ਗੱਲਾਂ ਚ ਮੇਰੇ ਤੋਂ ਹੀ ਗਲਤੀ ਹੋ ਗਈ ਇਹਨੂੰ ਨਾ ਕਹਿ ਮੇਰੇ ਘਰ ਦਾ ਇਕੱਠੇ ਹੋ ਕੇ ਕੰਮ ਕਰੋ ਹੈ ਮੈਂ ਰਾਤ ਨੂੰ ਫੇਰ ਆਣਾ ਲੜੇ ਹੋਣਾ ਹੱਥ ਜੋੜਦਾ ਤੁਹਾਡੇ ਮੂਰੇ ਭਾਬੀ ਤੂੰ ਵੀ ਇਹਨਾਂ ਦੀ ਗੱਲ ਗੁਲ ਸਮਝ ਲਿਆ ਕਰ ਤੇ ਕਮਲ ਤੂੰ ਵੀ ਆਪਦੇ ਦਿਮਾਗ ਤੇ ਉਹ ਦੇਖਿਆ ਕਰ ਥੋੜਾ ਜਿਹਾ ਘਰ ਦੇ ਕੰਡੀਸ਼ਨ ਕਿਵੇਂ ਦੀ ਹੈ ਲੜਾਈ ਪਾਈ ਹੁੰਦੀ ਹੈ 24 ਘੰਟੇ ਕਰੇ ਪੁੱਤ ਮੇਰੇ ਤੋਂ ਗਲਤੀ ਹੋ ਗਈ ਚੱਲ ਕੋਈ ਨਾ ਬੇਬੇ ਤੂੰ ਵੀ ਮੇਰੀ ਮਾਵਾਂ ਵਰਗੀ ਹੈ ਕੋਈ ਨਾ ਚੱਲ ਫਿਰ ਕੀ ਹੋ ਗਿਆ ਮੈਨੂੰ ਮਾਫ ਕਰ ਦੇ ਪੁੱਤ ਚੱਲ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਜੀ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿੱਦਾਂ ਲੱਗੀ ਜੀ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਬਾਕੀ ਜਿਹੜੇ ਸਾਨੂੰ ਵਧੀਆ ਵਧੀਆ ਕਮੈਂਟ ਕਰਦੇ ਨੇ ਉਹਨਾਂ ਦੇ ਨਾਮ ਨੇ ਜੀ ਰਚਪਾਲ ਸਿੰਘ ਜਸਪ੍ਰੀਤ ਗੰਡੇ ਸੁਨੈਨਾ ਬਸੋਤਰਾ ਕੁਲਦੀਪ ਕੌਰ ਉੱਬਾ ਦਰਜੀਤ ਸੰਧੂ ਲਖਣ ਸਿੰਘ ਗੁਰਪ੍ਰੀਤ ਮਾਨ ਬਿਜ਼ਨਸ ਸਟੱਡੀਜ਼ 12ਵੀਂ ਈਜ਼ੀ ਵੇ ਸੰਦੀਪ ਕੌਰ ਜਗਸੀਰ ਸਿੰਘ ਜਸਵੀਰ ਕੌਰ ਬੀ ਪੋਜ਼ੀਟਿਵ ਹਰਸ਼ਦੀਪ ਰੁਪਿੰਦਰ ਸਿੱਧੂ ਸਵਿੰਦਰ ਕੌਰ ਗੋਰਾ ਅੰਗਰੇਜ਼ ਗੈਵੀ ਸਿੰਘ ਥੈਂਕ ਯੂ ਸੋ ਮੱਚ ਜੀ ਜਿਹੜੇ ਸਾਨੂੰ ਇੰਨੇ ਇੰਨੇ ਵਧੀਆ ਕਮੈਂਟ ਕਰਦੇ ਨੇ ਅਤੇ ਜਿਹਨਾਂ ਦੇ ਇਸ ਵੀਡੀਓ ਦੇ ਵਿੱਚ ਨਾਮ ਨਹੀਂ ਆਏ ਅਸੀਂ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਲਵਾਂਗੇ ਥੈਂਕ ਯੂ ਸੋ ਮੱਚ